ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਈ ਦੇਖੋ, ਰਾਤ ਹਲਕੀ ਜਿਹੀ ਬਾਰਿਸ਼ ਹੋਈ ਆ, ਉਸ ਦੇ ਦੌਰਾਨ ਰੱਬ ਨੇ ਦੂਸਰੇ ਦਿਨਾਂ 'ਚ ਧੁੱਪਾਂ ਕੱਢਤੀ ਆ, ਅਤੇ ਇੱਧਰ ਹੁਣ ਮੇਰੇ ਭਈਏ ਪੂਲੀਆ ਬੰਨਣ ਲੱਗ ਗਏ। ਸੁਣ ਲਈ ਬਸ, ਜਿਸ ਤਰ੍ਹਾਂ ਰਾਤ ਖੜਕਾ ਦੜਕਾ ਹੋਇਆ, ਬੱਦਲ ਚੜ੍ਹ ਕੇ ਆਏ ਸੀ, ਐਂ ਲੱਗਦਾ ਸੀ ਮੀਂਹ ਬਹੁਤ ਜ਼ਿਆਦਾ ਹੋ ਜੂਗਾ, ਪਰ ਫਿਰ ਵੀ ਰੱਬ ਨੇ ਸੁਣ ਲਈ ਆ, ਅਤੇ ਹੁਣ ਮੇਰੇ ਇੱਧਰ ਜੀਰੀ ਝੜਨ ਲੱਗੇ ਹੈ, ਪੱਲੀਆਂ ਵਿਛਾਉਣ ਲੱਗ ਗਏ। ਇੱਧਰ ਸਵੇਰ ਦੀ ਇੰਨੀ ਨੱਠ ਭੱਜ ਪਈ ਹੋਈ, ਕਦੇ ਇੱਧਰ ਜਾ, ਕਦੇ ਉੱਧਰ ਜਾ, ਕਦੇ ਉਹ ਬੰਦੇ ਪਿੱਛੇ ਬੈਠੇ ਆ, ਕਦੇ ਉਹਨਾਂ ਕੋਲ ਜਾ, ਕਦੇ ਇੱਧਰ ਜਾ, ਪਰ ਚੱਲ ਪਿਆ ਕੰਮ ਅੱਜ, ਸੁਣ ਲਿਆ। ਪਰ ਇੱਕ ਗੱਲ ਆ, ਬਿਹਾਰੀ ਬੰਦੇ ਪੰਜਾਬੀ ਬੋਲਣ ਲੱਗ ਗਏ, ਜੋ ਬਿਹਾਰ ਸੇ ਆਕਰ ਇੱਧਰ ਨਾ ਬਈਏ, ਉਹ ਪੰਜਾਬੀ ਬੋਲ ਰਹੇ ਆ, ਹੈਂ, ਜੋ ਪੰਜਾਬੀ ਬੰਦੇ ਆ ਉਹ ਇੰਗਲਿਸ਼ ਬੋਲਣ ਲੱਗ ਗਏ। ਸਮਝ ਗਏ ਨਾ ਮੇਰੀ ਬਾਤ? ਆਓ ਦੇਖੋ ਇੱਧਰ, ਜੇ ਦੇਖੋ ਪੂਰਾ ਪੰਜਾਬੀ ਬੋਲਦਾ ਆਦਮੀ, ਪੂਰੀ ਪੰਜਾਬੀ ਮੈਂ ਬਾਤ ਕਰਦਾ, ਪੂਰੀ ਪੰਜਾਬੀ ਮਾਰੀ ਸਮਝਦਾ ਹੈ। ਕੌਣ ਲੰਬੜਦਾਰ ਹੈ ਯਾਰ? ਬਾਈ ਦੁਨੀਆ ਪਰ ਸਭ ਲੰਬੜਦਾਰ ਹੈ, ਉੱਤੇ ਹੈ ਉਹ ਕਹਿੰਦਾ ਉਹ ਲੰਬੜਦਾਰ ਹੈ। ਦੇਖੋ ਜੇ ਵਾਲਾ ਇੱਧਰ ਬੋਲ ਰਿਹਾ, ਉੱਧਰ ਬਹੁਤ ਲੰਬੜਦਾਰ ਹੈ। ਦੇਖੋ ਇਸ ਕੋ ਨਾ, ਮੈਨੇ ਅਭੀ ਜਾਣਾ ਚੰਡੀਗੜ੍ਹ, ਮੇਰੇ ਦੋਸਤ ਕੀ ਉਹ ਜੋ ਮੇਰਾ ਇੱਕ ਮਿੱਤਰ ਹੈ ਨਾ, ਉਸਕੀ ਸਿਸਟਰ ਨੇ ਆਉਣਾ ਬਾਹਰਲੇ ਮੁਲਕ ਸੇ, ਉਸਕੋ ਲੈਣੇ ਜਾਣਾ ਮੈਂ। ਤੋ ਲੰਬੜਦਾਰ ਇਸਕਾ ਥਪਕਾ ਜ਼ੋਰ ਸੇ ਮਾਰਨਾ, ਸਾਰੀ ਜੀਰੀ ਮੇਰੀ ਜੜ ਜਾਏ। ਉਹ ਨਹੀਂ ਕਹਿਣਾ ਪੜੇਗਾ, ਕੋਈ ਇੱਕ ਵੀ ਜੀਰੀ ਨਹੀਂ ਰਹੇਗਾ। ਅੱਛਾ ਅੱਛਾ, ਇੱਕ ਵੀ ਨਹੀਂ, ਇੱਕ ਵੀ ਜੀਰੀ ਨਹੀਂ ਰਹੇਗਾ, ਬਾਕੀ ਸਾਰੇ ਉੱਡ ਜਾਏ, ਇੱਕ ਜੀਰੀ ਰੱਖ ਲੈਣਾ ਹੈ। ਠੀਕ ਆ, ਮੈਂ ਜਾਣਾ ਵੀ ਦੂਰ, ਉਹ ਵੀ ਫੋਨ ਕਰ ਰਿਹਾ ਯਾਰ, ਉਸ ਪਾਸ ਹੀ ਪ੍ਰੋਬਲਮ ਥੋੜ੍ਹੀ ਆਈ ਹੋਈ, ਵੀ ਚਾਹੇ ਮੈਂ ਵਾਪਸੀ ਮੈਂ ਲੈ ਕੇ ਆਊਂਗਾ, ਚਾਹੇ ਕਿਤਨਾ ਟਾਈਮ ਲੱਗ ਜਾਏਗਾ ਆਪਕੋ ਇੱਧਰ, ਉਹ ਕਿਤਨਾ, ਮੈਂ ਤਾਂ ਰਾਤ ਕੋ 10 ਵਜੇ ਆਊਂਗਾ, ਫਿਰ 1:30 ਵਜੇ ਮੈਂ ਇੱਧਰ ਹੈ ਨਹੀਂ ਅਭੀ, ਫਿਰ ਮੈਂ ਲੰਘ ਜਾਣਾ ਅਭੀ, ਬੇ ਤੂੰ ਆਪ 5 ਵਜੇ ਤੱਕ ਹੋ ਜਾਏ ਖਤਮ, ਜੇ 4 ਵਜੇ ਕੱਲ੍ਹ ਵੀ 4 ਵਜੇ ਹੋ ਗਿਆ ਤਾਂ ਖਤਮ। ਹਾਂ 4 ਵਜੇ, ਕੱਲ੍ਹ ਵੀ 4 ਵਜੇ ਹੋ ਗਿਆ ਤਾਂ ਖਤਮ, ਮੈਨੂੰ ਮਾਲੂਮ ਹੈ। ਹਾਂ ਮੈਨੂੰ ਮਾਲੂਮ, ਆਜ ਮਾਲੂਮ ਹੈ, ਗਾੜੀ ਫਸ ਗਿਆ ਥਾ ਖੇਤ ਮੇਂ। ਹਾਂ ਹਾਂ, ਆਪਕਾ ਭਾਈ ਮੈਂ ਯਕੀਨ ਨਹੀਂ ਕਰਤਾ ਹੈ, ਆਪਨੇ 4 ਬੋਲਾ ਤੋ ਆਪ 6 ਵਜੇ ਖਤਮ ਕਰੋਗੇ। ਹਾਂ ਤਾਂ ਠੀਕ ਹੈ ਜੀ, ਠੀਕ ਹੈ, ਮੈਂ 5 ਜਾਂ 5:30 ਆਏ ਲੈ ਕੇ ਆ ਜਾਊਂਗਾ ਫਿਰ। ਹਾਂ ਚਲੋ, ਜੇ ਦੇਖੋ ਉੱਧਰ ਲੱਗੇ ਹੋ ਪੂਰੇ ਜ਼ੋਰਾਂ ਠੋਰਾਂ, ਬੰਦੇ ਮਿਹਨਤੀ ਬੰਦੇ ਆ, ਵੀ ਮਿਹਨਤ ਕਰੋ, ਇੱਦਾਂ ਬਹੁਤ ਅੱਛਾ ਲੱਗ ਰਿਹਾ ਮਿਹਨਤ ਕਰ ਰਹੇ ਹੋ। ਥੋੜ੍ਹਾ ਅਭੀ ਵੀ ਥੋੜ੍ਹਾ ਜੇ ਦੇਖੋ, ਇਹ ਥੋੜ੍ਹੀ ਗਿੱਲੀ ਆ ਥੱਲੇ ਥੱਲੇ ਦੇ ਨਾ, ਇਸ ਕੋ ਪੁੱਠੀ ਕਰ ਦਿਓ ਕਰੋ, ਬੰਦ ਕਰਨਾ ਪੁੱਠਾ ਕਰ ਦਿਓ ਕਰੋ ਇਸ ਕੋ। ਹਾਂ ਹਾਂ ਚਲੋ, ਮਿਲਦੇ ਹਾਂ ਫਿਰ ਸ਼ਾਮ ਨੂੰ 5 ਵਜੇ, ਠੀਕ ਹੈ? ਮੈਂ ਦੇਖਦਾ ਚਾਹ ਤਾਂ ਮੈਨੂੰ ਲੱਗ ਗਿਆ, ਚੱਕਰ ਚਾਹ ਫੜਾ ਜਾਓ, ਹੁਣ ਤੁਸੀਂ ਖਾਣਾ ਖਾਣਾ ਵੀ। ਮੈਂ ਚਾਹ ਲੈ ਕੇ ਆ ਗਿਆ, ਆ ਜਾਓ ਵੀ ਚਾਹ ਪੀ ਲਓ, ਆ ਜਾਓ ਆ ਜਾਓ, ਥੋੜ੍ਹੀ ਮਿਠਾਈ ਵੀ ਲੈ ਗਿਆ ਤੁਹਾਡੇ ਵਾਸਤੇ, ਜੋ ਦਿਵਾਲੀ ਨੂੰ ਬਚ ਗਈ ਸੀ। ਮੈਂ ਕਿਹਾ ਚੱਲ ਤੁਸੀਂ ਖਾ ਲੂੰਗੇ ਯਾਰ, ਆਓ ਖਾਓ, ਹੁਣ ਅਸੀਂ ਤਾਂ ਖਾਣੇ ਵਾਲੇ ਇਕੱਲੇ ਹੀ ਘਰ ਦੇ ਵਿੱਚ, ਤੁਸੀਂ ਇੰਨੇ ਬੰਦੇ ਖਾ ਲੂੰਗੇ, ਹਾਂ ਰਲ ਮਿਲ ਕੇ ਖਾਣਾ ਚਾਹੀਏ, ਆਓ ਵੀ ਆਓ। ਦੇਖੋ ਲੰਬੜਦਾਰ, ਇੱਕ ਬਾਤ ਮੁਝੇ ਬਾਤ ਬਤਾਓ, ਲੰਬੜਦਾਰ ਜ਼ਿਆਦਾ ਸਮਝਦਾਰ ਆਦਮੀ ਹੈ। ਹਾਂ ਦੇਖੋ, ਚਾਏ ਮੇ ਵੀ ਤਾਂ ਨਸ਼ਾ ਹੈ ਨਾ? ਹਾਂ ਨਸ਼ਾ ਤਾਂ ਚਾਏ ਵੀ ਮੈਂ, ਚਾਏ ਮੇ ਨਸ਼ਾ ਹੈ ਨਾ, ਇਸ ਲਈ ਮੈਂ ਲੈ ਕੇ ਆਇਆ, ਕਿਉਂ ਚਾਏ ਮੇ ਨਸ਼ਾ ਹੋ ਤਾਂ ਉਸ ਕੇ, ਮੈਂ ਕਿਹਾ ਸੋਚਾ ਯਾਰ ਘਰ ਮੈਂ ਜਾਓ, ਜਿਤਨੇ ਟਾਈਮ ਮੈਂ ਤਿਆਰ ਹੋਊਂਗਾ ਉਤਨੇ ਟਾਈਮ ਮੈਂ ਚਾਏ ਬਣ ਜਾਏਗੀ, ਆਪ ਪਕੜਾ ਦੇ ਦੂੰਗਾ ਮੈਂ, ਠੀਕ ਹੈ? ਤਾਂ ਚਾਏ ਪੀਓ, ਰੋ ਕਾਂ ਪਰ ਲੱਗ ਜਾਓ ਜਲਦੀ ਜਲਦੀ, ਉਹ ਚਾਬੀ ਲੈ ਜਾ, ਚਾਬੀ ਲੈ ਕੇ ਭੱਜ ਕੇ ਜਾ ਗਲਾਸ ਫੜ ਕੱਢ ਲੈ ਜਾ ਕੇ। ਜੇ ਦੇਖੋ ਇਸ ਮੇ ਨਾ ਬੀਜ ਹੈ, ਗਿਰੀ ਹੈ, ਠੀਕ ਹੈ, ਇਸ ਕੋ ਅਭੀ ਜਾੜ ਕਰ ਦਿਖਾਏਂਗੇ, ਐਸੇ ਜਾੜ ਕੇ, ਚਲੋ ਬਾਈ ਸਾਰਾ ਜਾੜ ਦੀ ਆ, ਅਸੀਂ ਗਲਾਸ ਆ ਗਿਆ, ਚਾਏ ਪੀਏਂਗੇ ਅਭੀ, ਸਾਰੇ ਝੜ ਗਿਆ ਜੀ, ਸਾਰਾ ਝੜ ਗਿਆ, ਹੁਣ ਚਾਹ ਪੀਣ ਲੱਗਿਆ ਜੀ, ਚਾਏ ਪੀਣੇ ਲੱਗਿਆ ਅਭੀ, ਅੱਛਾ ਚਾਏ ਪੀਣ ਲੱਗੇ, ਠੀਕ 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 ਠੀਕ, ਗਲਾਸ ਲਿਆ, ਚਲੋ ਅਭੀ ਅਭੀ ਇਧਰ ਰੱਖ ਦੇਣਾ, ਫਿਰ ਨਾਲ ਮਿਠਾਈ ਵੀ ਖਾਉਂਗੇ, ਮਿਠਾਈ ਖਾਏਗਾ ਯਾਰ, ਮਿਠਾਈ ਆਪਕੇ ਲਈ ਲੈ ਕੇ ਰਹੇ, ਬਹੁਤ ਦੇਖੋ ਮਿਠਾਈ ਬੜਾ, ਹਾਂ ਚਲੋ ਖਾਓ ਫਿਰ, ਸ਼ਾਮ ਕੋ ਮਿਲਤੇ ਹੈ ਫਿਰ, ਓਕੇ ਸਰ, ਓਕੇ ਬਾਈ। ਲਓ ਜੀ ਕਾਕਾ ਜੀ ਆ ਗਏ ਨੇ, ਇਹ ਆਓ ਆ ਗਏ ਨੇ ਜੀ, ਹੋਰ ਜੀ ਕਾਕਾ ਜੀ ਕੀ ਹਾਲ ਨੇ ਜੀ? ਬਸ ਵਧੀਆ ਜੀ, ਵਧੀਆ, ਹੋਰ ਸਰ ਠੀਕ ਠਾਕ? ਕਿੱਦਾਂ? ਦੇਖੋ ਜੀ, ਕਾਕੇ ਦੀ ਸਿਸਟਰ ਨੇ ਆਉਣਾ ਜੀ ਬਾਹਰੋਂ, ਤੇ ਅਸੀਂ ਲੈਣ ਚੱਲੇ ਆ, ਤੇ ਚੱਲੀਏ ਫਿਰ, ਤੇਲ ਤੇਲ ਹੋਇਆ ਸਾਰਾ ਤੇਲ ਦਾ, ਤੇਰੀ ਭੈਣ ਮੇਰੀ ਭੈਣ ਇਹ ਗੱਲ ਕੋਈ ਬਣਾ, ਟੈਂਕੀਆਂ ਫੁੱਲ ਰੱਖੀ ਦੀਆਂ, ਠੀਕ ਠੀਕ, ਤੂੰ ਐਂ ਕਰ, ਦੇਖੋ ਆਪਾਂ ਅੱਜ ਕਿੰਨੇ ਦਿਨਾਂ ਬਾਅਦ ਮਿਲਿਆ, ਉਦੋਂ ਮਿਲੇ ਹੋ ਨਾ ਜਿੱਦਾਂ ਆਪਣੀ ਗੱਡੀ ਸਰਵਿਸ ਕਰਾਈ ਸੀ, ਦੇਖੋ ਅੱਜ ਪੂਰਾ ਹਫ਼ਤਾ ਹੋ ਚੱਲਿਆ ਆਪਾਂ ਨੂੰ ਮਿਲਿਆ ਨੂੰ ਨਾ, ਤੂੰ ਐਂ ਕਰ, ਪਹਿਲਾਂ ਕੰਮ ਕਰ, 1 ਕਰੋੜ ਖਾ, ਠੀਕ ਹੈ, ਥੈਂਕ ਯੂ, 1 ਹੋਰ ਖਾ, ਨਹੀਂ ਬਸ ਹੁਣ 1 ਬਹੁਤ ਹੈ, ਖਾ ਤੂੰ ਯਾਰ, ਲੈ ਗੱਡੀਆਂ ਦੀ ਇਨਸ਼ੋਰੈਂਸ ਕਰਦਾ, ਟਰੈਕਟਰ ਦੀ ਇਨਸ਼ੋਰੈਂਸ ਕਰਦਾ, ਬੰਦਿਆਂ ਦੀ ਇਨਸ਼ੋਰੈਂਸ ਕਰਦਾ, ਸਭ ਦੀ ਇਨਸ਼ੋਰੈਂਸ ਕਰਦਾ,
ਚੱਲੀਏ ਫਿਰ ਹੁਣ ਚਲੋ ਆਪਣਾ ਘੰਟੇ ਤੱਕ ਲੱਗਣੀ ਫਲੈਟ ਉਹਦੀ ਪਹੁੰਚ ਜਾਣਾ ਆਪਾਂ ਨੇ ਚੰਡੀਗੜ੍ਹ ਨਾ ਮੋਹਾਲੀ ਏਅਰਪੋਰਟ ਪਰ ਜਾਣਾ ਸੀ ਅਤੇ ਉੱਥੋਂ ਇਹਦੀ ਸਿਸਟਰ ਨੂੰ ਲੈ ਕੇ ਉਹਨਾਂ ਦੇ ਘਰ ਛੱਡਣਾ ਅੱਜ ਪਿਛਲੇ ਸਾਲ ਇਹਨਾਂ ਦਿਨਾਂ 'ਚ ਆਈ ਸੀ ਨਾ ਇੱਕ ਸਾਲ ਹੋ ਚੱਲਿਆ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਤੇ ਗੱਡੀ ਪਾਉਂਦੇ ਆਪਾਂ ਮੋਹਾਲੀ ਏਅਰਪੋਰਟ ਨੂੰ ਹੁਣ ਅਸੀਂ ਮੋਹਾਲੀ ਏਅਰਪੋਰਟ ਪਰ ਪਹੁੰਚ ਚੁੱਕੇ ਹਾਂ ਹੁਣ ਤੁਹਾਨੂੰ ਮੋਹਾਲੀ ਏਅਰਪੋਰਟ ਦਿਖਾਉਂਦੇ ਹਾਂ ਜਦੋਂ ਅਸੀਂ ਪਹੁੰਚੇ ਏਅਰਪੋਰਟ ਪਰ ਕਾਕੇ ਦੇ ਪਹਿਲੇ ਰਿਸ਼ਤੇਦਾਰ ਖੜੇ ਉਹ ਕਹਿੰਦੇ ਕਾਕੇ ਦੀ ਸਿਸਟਰ ਨੂੰ ਅਸੀਂ ਲੈ ਕੇ ਜਾਣਾ ਤੇ ਅਸੀਂ ਹੁਣ ਘਰ ਨੂੰ ਬੈਗ ਲੈ ਕੇ ਜਾਵਾਂਗੇ ਕਲੋਲੇ ਹੋ ਗਈ ਪਹਿਲਾਂ ਹੀ ਪਤਾ ਅਸੀਂ ਨਹੀਂ ਆਉਂਦੇ ਉਹ ਪਹਿਲੇ ਹੀ ਖੜੇ ਏਅਰਪੋਰਟ ਪਰ ਉਹ ਕਹਿੰਦੇ ਅਸੀਂ ਲੈ ਕੇ ਜਾਣਾ ਮੈਂ ਭਾਈ ਚੱਲ ਤੁਸੀਂ ਲੈ ਜਾਓ ਚਲੋ ਦੇਖੋ ਜੀ ਏਅਰਪੋਰਟ ਤੁਹਾਨੂੰ ਮੈਂ ਦਿਖਾਤਾ ਇਸ ਏਅਰਪੋਰਟ ਪਰ ਦੇਖੋ ਕੁਝ ਲੋਕ ਮਿਲਦੇ ਨੇ ਤੇ ਕੁਝ ਲੋਕ ਵਿਛੜਦੇ ਨੇ ਇਹ ਏਅਰਪੋਰਟ ਆ ਇਹ ਜਿੱਥੇ ਕੁਝ ਲੋਕ ਮਿਲਦੇ ਨੇ ਤੇ ਕੁਝ ਲੋਕ ਵਿਛੜਦੇ ਨੇ ਚੱਲੀਏ ਆ ਕੇ ਤੁਹਾਨੂੰ ਫਿਰ ਚਲੋ ਲਓ ਜੀ ਫਿਰ ਮੈਂ ਆਪਣੇ ਖੇਤਾਂ ਵਿੱਚ ਆ ਗਿਆ ਫਿਰ ਦੁਬਾਰੇ ਇੱਧਰ ਲੱਗੇ ਹੋਏ ਝਾੜਨ ਸ਼ਾਮ ਦੇ 5 ਵੱਜ ਚੁੱਕੇ ਆ ਮੈਨੂੰ ਕਹਿੰਦੇ ਸੀ ਇਹ 3 ਵਜੇ ਨਿਬੇੜ ਦੂੰਗੇ ਪਰ ਇਹ ਜਿਹੜੀ ਮੇਰੀ ਬਾਸਮਤੀ ਇਹ ਹੈਗੀ 1509 ਇਹਨਾਂ ਨੂੰ ਭੁਲੇਖਾ ਲੱਗ ਗਿਆ ਵੀ ਸ਼ਾਇਦ ਇਹ 1121 ਆ ਵੀ 1121 ਨੂੰ ਇੰਨਾ ਟਾਈਮ ਲੱਗਦਾ ਇਹਨੂੰ ਟਾਈਮ ਜ਼ਿਆਦਾ ਲੱਗਦਾ ਥੋੜ੍ਹਾ ਜਿਹਾ ਪਰ ਮੈਂ ਦੇਖਿਆ ਝਾੜਦਾ ਹੀ ਬਹੁਤ ਸੋਹਣਾ ਇੱਕ ਵੀ ਦਾਣਾ ਨਹੀਂ ਛੱਡਿਆ ਹੋਇਆ ਹੈਗਾ ਵਿੱਚ ਆਹੀ ਮੈਂ ਚੈੱਕ ਕਰਦਾ ਵਿੱਚ ਕੋਈ ਦਾਣਾ ਤਾਂ ਨਹੀਂ ਰਹਿੰਦਾ ਹੈਗਾ ਵਿੱਚ ਇਹਦੇ ਬਹੁਤ ਸੋਹਣੀ ਝਾੜੀ ਇਹਨਾਂ ਨੇ 2 ਹਿੱਸੇ ਝਾੜਦਾ 21 ਹਿੱਸਾ ਰਹਿ ਗਿਆ ਬਸ ਜੇ ਆਪਾਂ 3 ਹਿੱਸਿਆਂ 'ਚ ਵੰਡਾਂ ਮੈਂ ਇਹਨੂੰ ਚੱਲ ਨਿਬੇੜ ਦੂੰਗੇ ਹੁਣ ਕਹਿੰਦੇ ਇੱਕ ਵਾਰੀ ਫਿਰ ਸਾਨੂੰ ਚਾਹ ਲਿਆ ਦੇ ਚੱਲ ਹੁਣ ਇਹਨੂੰ ਮੈਂ ਚਾਹ ਲੈ ਕੇ ਆਉਂਦਾ ਬਸ ਤੁਸੀਂ ਦੇਖ ਲਿਆ ਅੱਜ ਮੈਂ ਕਿੱਧਰ ਕਿੱਧਰ ਘੁੰਮਿਆ ਆਹ ਸਾਰੇ ਦਿਨ ਦੀ ਰੁਟੀਨ ਆ ਕਦੇ ਨੱਠ ਭੱਜ ਲੱਗੀ ਰਹਿੰਦੀ ਸਾਰਾ ਦਿਨ ਉਹਦੇ ਵਿੱਚ ਤੁਹਾਨੂੰ ਇੱਦਾਂ ਦੀਆਂ ਗੱਲਾਂ ਬਾਤਾਂ ਨਾਲ ਵੀਡੀਓ ਵੀ ਬਣਾ ਦਿੱਤੀ ਆ ਚਲੋ ਫਿਰ ਮੈਂ ਅੱਜ ਦੀ ਵੀਡੀਓ ਹੁਣ ਇੱਥੇ ਹੀ ਬੰਦ ਕਰਦਾ ਜੇ ਮੈਨੂੰ
जे थानू मेरी अज की वीडियो चंगी लगी तो लाइक वाला बटन जरूर दब दौ, हो सकता है फिर इन शेयर भी कर दो, एक प्यारा जहा कमेंट भी कर दो कि लगी मेरी वीडियो। बहुत बहुत धन्यवाद जी, थोड़ा मेरा वीडियो देखने वास्ते, मिलते हैं किसी अगली वीडियो के।